प्रोग्राम ਦੇ ਵਿੱਚ ਮੁੜ ਤੁਹਾਡਾ ਨਿੱਘਾ ਸਵਾਗਤ ਹੈ। ਮੇਰਾ ਖਿਆਲ ਪਿਛਲੇ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਕਿ ਸ਼ਾਇਦ ਹੀ ਕੋਈ ਪ੍ਰੋਗਰਾਮ ਹੋਊਗਾ ਜਿਹਦੇ ਵਿੱਚ ਆਪਾਂ ਕਰੋਨਾ ਦੀ ਗੱਲ ਨਾ ਕੀਤੀ ਹੋਵੇ। ਹਰ ਰੋਜ਼ ਇਹੀ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਰਹਿੰਦੀਆਂ, ਕਿਸੇ ਦਿਨ ਚੰਗੀ ਖਬਰ ਆ ਜਾਂਦੀ ਆ, ਕਿਸੇ ਦਿਨ ਦੂਜੇ ਦਿਨ ਫਿਰ ਮਾੜੀ ਖਬਰ ਆ ਜਾਂਦੀ ਆ। ਇਸ ਤਰ੍ਹਾਂ ਮਲਗੋਬਾ ਜਿਹਾ ਖਬਰਾਂ ਦਾ ਬਣਿਆ ਹੋਇਆ, ਕਈ ਵਾਰ ਤਾਂ ਇੱਦਾਂ ਲੱਗਣ ਲੱਗ ਪੈਂਦਾ ਕਿ ਹੁਣ ਸਾਰਾ ਕੁਝ ਜਿਹੜਾ ਆ ਬਹੁਤ ਛੇਤੀ ਖਤਮ ਹੋ ਜਾਣਾ ਆ, ਅਤੇ ਕਈ ਵਾਰ ਇੱਦਾਂ ਲੱਗੀ ਜਾਂਦਾ ਕਿ ਨਹੀਂ, ਹਾਲੇ ਬਹੁਤ ਸਮਾਂ ਜਿਹੜਾ ਇਸ ਨੂੰ ਖਤਮ ਕਰਦਿਆਂ ਲੱਗ ਜਾਣਾ ਆ, ਹਜੇ ਦੁਨੀਆ ਬਹੁਤ ਪਈ ਆ ਜਿਹਨਾਂ ਦੇ ਵੈਕਸੀਨੇਸ਼ਨ ਹੋਣ ਵਾਲੀ ਆ। ਇਸੇ ਦੌਰਾਨ ਅੱਡ ਅੱਡ ਮੁਲਕ ਜਿਹੜੇ ਆ ਕੋਸ਼ਿਸ਼ਾਂ ਕਰ ਰਹੇ ਆ ਕਿ ਆਪਣੀ ਵਸੋਂ ਨੂੰ ਬੰਨ ਕੇ ਰੱਖੀਏ, ਇਹ ਇੱਕ ਦੂਜੇ ਦੇ ਨਾਲ ਘੁਲਣ ਮਿਲਣ ਨਾ, ਤਾਂ ਕਰਕੇ ਜਿਹੜਾ ਵਾਇਰਸ ਉਹ ਇੱਕ ਦੂਜੇ ਤਾਂ ਸਫ਼ਰ ਨਾ ਕਰ ਸਕੇ। ਬੀ ਸੀ ਦੇ ਵਿੱਚ ਬੀ ਸੀ ਸਰਕਾਰ ਨੇ ਬੀ ਸੀ ਸੂਬੇ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ, ਇੱਕ ਜਿਹੜਾ ਇੰਟੀਰੀਅਰ ਬੀ ਸੀ ਆ, ਅਤੇ ਇਹਨਾਂ ਨੂੰ ਸਖ਼ਤ ਹਦਾਇਤ ਕੀਤੀ ਹੋਈ ਆ ਕਿ ਟਰੈਵਲ ਪਾਬੰਦੀਆਂ ਲੱਗੀਆਂ ਹੋਈਆਂ, ਤੁਸੀਂ ਗੈਰ ਜ਼ਰੂਰੀ ਸਫ਼ਰ ਨਹੀਂ ਕਰ ਸਕਦੇ, ਅਤੇ ਜਿਹੜੇ ਬੰਦੇ ਗੈਰ ਜ਼ਰੂਰੀ ਸਫ਼ਰ ਕਰਨਗੇ ਉਹਨਾਂ ਨੂੰ ਫਾਈਨ ਜਾਣੀ ਕਿ ਜੁਰਮਾਨਾ ਜਿਹੜਾ ਹੈ ਜੀ ਹੋ ਸਕਦਾ। ਹੁਣ ਬੀ ਸੀ ਸਰਕਾਰ ਨੇ ਬਕਾਇਦਾ ਤੌਰ ਦੇ ਉੱਤੇ ਐਲਾਨ ਕਰ ਦਿੱਤਾ ਕਿ ਜਿਹੜੇ ਪ੍ਰਮੁੱਖ ਹਾਈਵੇਜ਼ ਹੈਗੇ ਆ ਉਹਨਾਂ ਦੇ ਉੱਤੇ ਬਕਾਇਦਾ ਨਾਕੇ ਲੱਗੇ ਜਾਣਗੇ, ਉਹ ਨਾਕਿਆਂ ਦੀਆਂ ਲੋਕੇਸ਼ਨਸ ਜਿਹੜੀਆਂ ਉਹ ਵੀ ਦੱਸ ਦਿੱਤੀਆਂ ਗਈਆਂ ਆ। ਹਾਈਵੇ ਬੰਨ ਦੇ ਉੱਤੇ ਬੋਸਟਨ ਬਾਰ ਜਿਹੜਾ ਏਰੀਆ ਉੱਥੇ ਨਾਕਾ ਲੱਗੂਗਾ, ਹਾਈਵੇ 3 ਦੇ ਉੱਤੇ ਮੈਨਿੰਗ ਪਾਰਕ ਏਰੀਆ, ਹਾਈਵੇ 5 ਦੇ ਉੱਤੇ ਜਿੱਥੇ ਪੁਰਾਣਾ ਟੋਲ ਬੂਥ ਹੁੰਦਾ ਸੀਗਾ ਉੱਥੇ ਨਾਕਾ ਲੱਗੂਗਾ, ਅਤੇ ਹਾਈਵੇ 99 ਦੇ ਉੱਤੇ ਲਿਲੀਅਟ ਏਰੀਆ ਦੇ ਕੋਲ ਇਹ ਨਾਕਾ ਜਿਹੜਾ ਆ ਉਹ ਲੱਗੂਗਾ। ਪੁਲਿਸ ਵਾਲੇ ਜਿਹੜੇ ਤੁਹਾਨੂੰ ਰੋਕ ਕੇ ਤੁਹਾਡਾ ਐਡਰੈਸ ਪੁੱਛ ਸਕਦੇ ਆ, ਅਤੇ ਇਸ ਦੇ ਨਾਲ ਤੁਹਾਨੂੰ ਇਹ ਪੁੱਛ ਸਕਦੇ ਆ ਕਿ ਤੁਸੀਂ ਜਾ ਕਿੱਥੇ ਰਹੇ ਆ, ਤੁਹਾਨੂੰ ਕੰਮ ਕੀ ਆ। ਉਸ ਦੇ ਹਿਸਾਬ ਦੇ ਨਾਲ ਜੇ ਤੁਸੀਂ ਉਹਨਾਂ ਨੂੰ ਕਨਵਿੰਸ ਨਹੀਂ ਕਰ ਸਕੇ, ਤੁਹਾਨੂੰ $230 ਤੋਂ ਲੈ ਕੇ $575 ਤੱਕ ਦਾ ਜੁਰਮਾਨਾ ਵੀ ਹੋ ਸਕਦਾ, ਅਤੇ ਤੁਹਾਨੂੰ ਅੱਗੇ ਵੀ ਲੰਘਣ ਨਹੀਂ ਦੇਣਾ, ਤੁਹਾਨੂੰ ਵਾਪਸ ਮੋੜ ਦਿੱਤਾ ਜਾਊਗਾ। ਸੋ ਇਹ ਸਖਤੀ ਜਿਹੜੀ ਆ ਵਧਾ ਦਿੱਤੀ ਗਈ ਆ, ਇਸੇ ਕਰਕੇ ਕੀਤਾ ਜਾ ਰਿਹਾ ਆ ਕਿ ਕਰੋਨਾ ਜਿਹੜਾ ਆ ਉਹ ਤੁਹਾਡੇ ਨਾਲ ਟਰੈਵਲ ਨਾ ਕਰੇ, ਹੋਰ ਤਾਂ ਜਿੱਥੇ ਨਹੀਂ ਹੈਗਾ ਉੱਥੇ ਨਾ ਜਾਵੇ। ਇਸੇ ਦੌਰਾਨ ਬੀ ਸੀ ਦੀ ਵਿਰੋਧੀ ਪਾਰਟੀ ਬੀ ਸੀ ਲਿਬਰਲ ਪਾਰਟੀ ਨੇ ਸੱਤਾਧਾਰੀ ਐੱਨ ਡੀ ਪੀ ਪਾਰਟੀ ਤੋਂ ਮੰਗ ਕੀਤੀ ਆ ਕਿ ਅਲਬਰਟਾ ਬੀ ਸੀ ਬਾਰਡਰ ਦੇ ਉੱਤੇ ਵੀ ਅਜਿਹੇ ਨਾਕੇ ਲਾਏ ਜਾਣ ਤਾਂ ਕਿ ਸੂਬੇ ਤੋਂ ਸੂਬੇ ਜਿਹੜੇ ਵਾਇਰਸ ਜਾ ਰਹੇ ਆ ਉਹਨਾਂ ਨੂੰ ਵੀ ਰੋਕਿਆ ਜਾ ਸਕੇ। ਸਰੀ ਦੇ ਵਿੱਚ ਅੱਜ ਜਿਹੜੀ ਆ ਡਾਕਟਰ ਬੋਨੀ ਹੈਨਰੀ ਉਹਨਾਂ ਨੇ ਦੱਸਿਆ, ਜਾਣਕਾਰੀ ਦਿੰਦਿਆਂ ਕਿ ਬੀ ਸੀ ਵਿੱਚ ਨਵੇਂ ਕੇਸ ਬੀਤੇ 24 ਘੰਟਿਆਂ ਦੇ ਦੌਰਾਨ 694 ਆਏ ਆ। ਵੈਸੇ ਜਿਹੜੀ 7 ਦਿਨਾਂ ਦੀ ਐਵਰੇਜ ਆ ਉਹ 697 ਕੇਸ ਹੁਣ ਹੈਗੀ ਆ। ਹੌਲੀ ਹੌਲੀ ਜਿਹੜੇ ਕੇਸ ਆ ਉਹ ਥੱਲੇ ਨੂੰ ਜਾ ਰਹੇ ਆ। ਮਾਰਚ 25 ਤੋਂ ਬਾਅਦ ਇਹ ਪਹਿਲੀ ਵਾਰੀ ਆ ਕਿ ਇੰਨੇ ਘੱਟ ਕੇਸ ਹੋਏ ਆ। ਇਹਦੇ ਨਾਲ ਹੀ ਬੀ ਸੀ ਦੇ ਕੁੱਲ ਹਸਪਤਾਲਾਂ ਦੇ ਵਿੱਚ 457 ਲੋਕ ਦਾਖਲ ਆ, ਅਤੇ ਇਹਨਾਂ ਵਿੱਚੋਂ 154 ਲੋਕ ਇਹੋ ਜਿਹੇ ਨੇ ਜਿਹੜੇ ਕਿ ਆਈ ਸੀ ਯੂ ਦੇ ਵਿੱਚ ਆ। ਬਹੁਤ ਦਿਨ ਹੋਏ ਆ ਕਿ ਬਚਾਅ ਆ, ਕਿਸੇ ਦੀ ਮੌਤ ਨਹੀਂ ਹੋ ਰਹੀ, ਇਹ ਇੱਕ ਚੰਗੀ ਗੱਲ ਹੈਗੀ ਆ। ਇਹਦੇ ਨਾਲ ਹੀ ਜਿਹੜੀ ਇੱਕ ਖਬਰ ਮਾੜੀ ਆ ਰਹੀ ਉਹ ਇਹ ਆ ਰਹੀ ਆ ਕਿ ਬੀ ਸੀ ਦੇ ਵਿੱਚ ਇੱਕ ਐਸੀ ਔਰਤ ਸਾਹਮਣੇ ਆਈ ਆ ਜਿਹਦੇ ਕਿ ਐਸਟਰਾਜ਼ੈਨਿਕਾ ਦਾ ਵੈਕਸੀਨ ਲੱਗਾ ਸੀਗਾ, ਅਤੇ ਉਹਦੇ ਹੁਣ ਬਲੱਡ ਕਲੋਟ ਜਿਹੜੇ ਆ ਉਹ ਵਧੇ ਹੈਗੇ ਆ। ਸੋ ਇਸ ਦੇ ਨਾਲ ਇਹ ਜਿਹੜੀ 40ਵੀਆਂ ਸਾਲਾਂ ਦੀ ਉਮਰ ਦੇ ਵਿੱਚ ਔਰਤ ਆ ਉਹਨੂੰ ਹਸਪਤਾਲ ਜਿਹੜਾ ਦਾਖਲ ਕਰਾਇਆ ਗਿਆ ਵੈਨਕੂਵਰ ਕੋਸਟਲ ਹੈਲਥ ਰੀਜਨ ਦੇ ਵਿੱਚ। ਇਹ ਔਰਤ ਜਿਹੜੀ ਆ ਰਹਿਣ ਵਾਲੀ ਆ ਉੱਥੋਂ ਦੀ, ਅਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਦੀ ਜਿਹੜੀ ਕੰਡੀਸ਼ਨ ਹੈ ਹਾਲ ਦੀ ਘੜੀ ਉਹ ਸਟੇਬਲ ਦੱਸੀ ਜਾ ਰਹੀ ਆ। ਇਹ ਕੈਨੇਡਾ ਦੇ ਵਿੱਚ 3ਜਾ ਵੱਡਾ ਮਾਮਲਾ ਹੈਗਾ ਜਦੋਂ ਕਿ ਐਸਟਰਾਜ਼ੈਨਿਕਾ ਵੈਕਸੀਨ ਲਵਾਉਣ ਤੋਂ ਬਾਅਦ ਜਿਹੜਾ ਆ ਬਲੱਡ ਕਲੋਟਿੰਗ ਜਿਹੜੀ ਆ ਬਣ ਰਹੀ ਆ। 2 ਮੌਤਾਂ ਪਹਿਲਾਂ ਇੱਕ ਮੌਂਟਰੀਅਲ ਦੇ ਵਿੱਚ ਅਤੇ ਇੱਕ ਐਡਮਿੰਟਨ ਵਿੱਚ ਹੋ ਰਹੀ ਆ। ਬੀ ਸੀ ਦੇ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਆ। ਸਾਡੇ ਦੇਖਣ ਵਾਲਿਆਂ ਵਿੱਚੋਂ ਕੁਝ ਨੇ ਇਹ ਸਵਾਲ ਕੀਤਾ ਸੀਗਾ ਕਿ ਤੁਸੀਂ ਵੈਕਸੀਨ ਬਾਰੇ ਖਬਰਾਂ ਦਿੰਦੇ ਆ, ਜਾਣਕਾਰੀ ਦਿੰਦੀ ਆ, ਤੁਸੀਂ ਆਪ ਵੈਕਸੀਨ ਲਵਾਇਆ ਹੋਇਆ? ਬਿਲਕੁਲ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੇ ਵੈਕਸੀਨੇਸ਼ਨ ਹੋਈ ਹੋਈ ਆ। ਸਾਡੇ ਸਟਾਫ ਦੇ ਵੀ ਬਹੁਤ ਹੀ ਗਿਣਤੀ ਦੇ ਵਿੱਚ ਜਿਹੜੀ ਆ ਵੈਕਸੀਨੇਸ਼ਨ ਹੋਈ ਹੈ। ਅਤੇ ਜੇ ਮੈਂ ਪਰਿਵਾਰ ਦੀ ਗੱਲ ਕਰਾਂ ਤਾਂ ਪਰਿਵਾਰ ਦੇ ਵਿੱਚ ਵੀ ਉਮਰ ਦੇ ਹਿਸਾਬ ਦੇ ਨਾਲ ਜਿੱਦਾਂ ਜਿੱਦਾਂ ਸੀਗਾ ਉਸ ਹਿਸਾਬ ਦੇ ਨਾਲ ਵੈਕਸੀਨੇਸ਼ਨ ਜਿਹੜੀ ਆ ਉਹ ਹੋ ਚੁੱਕੀ ਆ। ਸਾਡੇ ਸਾਰਿਆਂ ਦੇ ਬਹੁਤੇ ਕਰਕੇ ਫਾਈਜ਼ਰ ਦੇ ਵੈਕਸੀਨ ਜਿਹੜੇ ਆ ਉਹ ਲਵਾਏ ਆ। ਇਹ ਗੱਲ ਦੱਸਣ ਦੇ ਵਿੱਚ ਕੋਈ ਝਿਜਕ ਨਹੀਂ। ਬੇਸ਼ੱਕ ਕੈਨੇਡਾ ਸਰਕਾਰ ਜਿਹੜੀ ਆ ਉਹ ਐਸਟਰਾਜ਼ੈਨਿਕਾ ਵੈਕਸੀਨ ਨੂੰ ਇਹ ਕਹਿ ਰਹੀ ਆ ਕਿ ਲਵਾਉਣ ਦੇ ਵਿੱਚ ਕੋਈ ਡਰ ਨਹੀਂ ਹੈਗਾ, ਪਰ ਜਿਸ ਹਿਸਾਬ ਦੇ ਨਾਲ ਕੇਸ ਵੱਧ ਰਹੇ ਆ, ਜਿਸ ਹਿਸਾਬ ਦੇ ਨਾਲ ਬਹੁਤ ਮੁਲਕਾਂ ਦੇ ਵਿੱਚ ਲੋਕ ਜਿਹੜੇ ਆ ਉਹ ਡਰ ਰਹੇ ਆ ਲਵਾਉਣ ਤੋਂ, ਸਰਕਾਰਾਂ ਨੇ ਪਾਬੰਦੀ ਲਾਈ ਆ, ਇਸ ਕਰਕੇ ਬਹੁਤੇ ਲੋਕ ਜਿਹੜੇ ਫਾਈਜ਼ਰ ਨੂੰ ਵੀ ਤਰਜੀਹ ਦੇ ਰਹੇ ਆ। ਅਤੇ ਕੁਦਰਤੀ ਜਦੋਂ ਸਾਡੀ ਲਵਾਉਣ ਦੀ ਵਾਰੀ ਸੀਗੀ ਤਾਂ ਉਦੋਂ ਫਾਈਜ਼ਰ ਹੀ ਜਿਹੜਾ ਆ ਅਵੇਲੇਬਲ ਸੀਗਾ, ਅਤੇ ਅੱਜ ਕੱਲ੍ਹ ਜਿਹੜਾ ਸਰੀ ਦੇ ਵਿੱਚ ਜਿੱਥੇ ਜਿੱਥੇ ਵੀ ਲੱਗ ਰਹੇ ਆ ਬਹੁਤੀ ਕਰਕੇ ਜਿਹੜੇ ਫਾਈਜ਼ਰ ਦੇ ਵੈਕਸੀਨ ਆ ਉਹੀ ਲੱਗ ਰਹੇ ਆ। ਹੁਣ ਕੈਨੇਡਾ ਦੇ ਵਿੱਚ ਤਕਰੀਬਨ 2 ਮਿਲੀਅਨ ਜਿਹੜੇ ਆ ਉਹ ਵੈਕਸੀਨ ਹਰ ਹਫ਼ਤੇ ਆ ਰਹੇ ਆ ਫਾਈਜ਼ਰ ਦੇ, ਅਤੇ ਤਕਰੀਬਨ 5 ਕੁ ਲੱਖ ਜਾਣੀ ਕਿ 1/2 ਮਿਲੀਅਨ ਵੈਕਸੀਨ ਮੋਡਰਨਾ ਦੇ ਜਿਹੜੇ ਆ ਉਹ ਆ ਰਹੇ ਆ। ਸੋ ਜ਼ਿਆਦਾ ਵੈਕਸੀਨ ਇਹੀ ਲੱਗਣੇ ਆ। ਪਹਿਲਾਂ ਲੋਕ ਸੋਚਦੇ ਸੀਗੇ
कि सानू वैक्सीन लगाने की लोड़ नहीं हैगी, साडी इम्यूनिटी जिहड़ी आ वधिया, जे असीं एक वारी वैक्सीन लवा लिया फिर फ्लू दे वैक्सीन को हर साल लवाना पिया करना आ, साडी जिहड़ी कुदरती इम्यूनिटी हैगी उह खत्म हो जाणी आ। किसी हद तक गल सही सीगी, पर जे आपां सिर्फ अपने बारे ना सोच के दूजिआं बारे सोचिए तां मेरे हिसाब दे नाल आपां नूं सारिआं नूं वैक्सीनेशन करवा लैणी चाहीदी आ, क्योंकि जिहड़ी वैक्सीनेशन आ उह किसी ना किसी तरीके आपां नूं करोना तों बचाउंदी आ। इक गल जिहड़ी होर इत्थे जरूरी दसण वाली है कि वैक्सीन कराने का मतलब ये नहीं तुसीं टीका बांह विच लवाया तो उदू बाद तुसीं जिहड़ा आ आजाद आ, तुहानूं करोना हो नहीं सकता। वैक्सीन लगन तो बाद भी 3 हफ्ते घट्टो घट लग जाते हैं जो तुहाडा शरीर जिहड़ा आ उह पूरी तरह तंदुरुस्त हुंदा कि वह टीका जिहड़ा आ उह टाकरा करदा आ वायरस का, उस तो बाद जिहड़ी इम्यूनिटी आ उह बणन लगदी आ। तो इहो जिहे केस भी आए आ कि टीका लगन तो बाद जिहड़े आ उह भी करोना होया, पर फिर भी जिहड़े विज्ञानी उह कह रहे आ कि जे टीका लगन तो बाद करोना हुंदा तो उह जानलेवा नहीं सिद्ध हुंदा, उहदे नाल तुहाडा बचाव हो जाता। सो वैक्सीनेशन जिहड़ी आ उह जरूर करवा लैणी चाहीदी आ जिन्नी जल्दी हो सकदी आ, चंगी गल। इस दे नाल ही आपां कुछ दिन पहलां खबर दित्ती सीगी कि सरी दे विच गिलफड इलाके दे विच कतल होया सीगा, एक 20 ਵਿਆਂ ਦੇ ਵਿੱਚ ਔਰਤ ਜਿਹੜੀ ਆ ਉਹ ਮਾਰੀ ਗਈ ਸੀ, ਇੱਕ ਮੌਕੇ ਤੋਂ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਸੀਗਾ। ਉਸ ਜਿਹੜੀ 20 ਸਾਲਾਂ ਔਰਤ ਜਿਹੜੀ ਇੱਕ ਟਾਊਨ ਹਾਊਸ ਕੰਪਲੈਕਸ ਵਿੱਚ ਮਾਰੀ ਗਈ ਸੀ, ਉਹਦੀ ਪਛਾਣ ਕੈਰੀਅਨ ਅਰਸਨੋਲਟ ਵਜੋਂ ਹੋਈ ਸੀਗੀ, 20 ਸਾਲਾਂ ਦੀ ਇਹਦੀ ਉਮਰ ਦੱਸੀ ਗਈ ਆ। ਅਤੇ ਇਸ ਦੇ ਨਾਲ ਹੀ ਜਿਹੜਾ ਵਿਅਕਤੀ ਮੌਕੇ ਤੋਂ ਫੜਿਆ ਗਿਆ ਉਹਦੀ ਉਮਰ 24 ਸਾਲ ਦੱਸੀ ਗਈ ਆ, ਅਤੇ ਉਹਦਾ ਨਾਂ ਅਲੀ ਖੁਦੈਰ ਦੱਸਿਆ ਗਿਆ ਆ। ਸੋ ਇਹ ਪੁਲਿਸ ਜਿਹੜੀ ਆ ਉਹ ਜਾਂਚ ਕਰ ਰਹੀ ਹੈ ਇਸ ਬਾਰੇ ਹੋਰ ਕਿ ਮਕਸਦ ਕੀ ਸੀਗਾ, ਮੋਟਿਵ ਕੀ ਸੀ ਇਸ ਕਤਲ ਦਾ, ਪਰ ਸੈਕਿੰਡ ਡਿਗਰੀ ਮਰਡਰ ਦੇ ਜਿਹੜੇ ਆ ਚਾਰਜ ਦੇ ਵਿੱਚ ਲਾਏ ਗਏ ਆ। ਇਸ ਦੇ ਨਾਲ ਹੀ ਪੁਲਿਸ ਨੇ ਇਹ ਵੀ ਕਿਹਾ ਕਿ ਇਹ ਜਿਹੜਾ ਹਮਲਾ ਸੀਗਾ ਇਹ ਵਾਰਦਾਤ ਸੀਗੀ, ਇਹ ਗੈਂਗ ਹਿੰਸਾ ਦੇ ਨਾਲ ਸੰਬੰਧਿਤ ਨਹੀਂ ਹੈਗੀ। ਪਰ ਇੰਨੀ ਗੱਲ ਜ਼ਰੂਰ ਹੈਗੀ ਕਿ 24 ਸਾਲਾਂ ਦਾ ਅਲੀ ਖੁਦੈਰ ਔਰਗਨਾਈਜ਼ਡ ਕ੍ਰਾਈਮ ਜਾਣੀ ਕਿ ਜਥੇਬੰਦਕ ਅਪਰਾਧ ਦੇ ਨਾਲ ਜੁੜਿਆ ਹੋਇਆ ਸੀਗਾ, ਅਤੇ ਇਸੇ ਕਰਕੇ ਸ਼ਾਇਦ ਉਹਦੇ ਕੋਲ ਜਿਹੜੀ ਆ ਗੰਨ ਵੀ ਮੌਜੂਦ ਸੀਗੀ। ਇਸ ਮਾਮਲੇ ਵਿੱਚ ਹੋਰ ਜਿਹੜੀ ਪੁਲਿਸ ਹੁਣ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਆਪਾਂ ਨੂੰ ਪਤਾ ਕਿ ਬੀਤੇ ਵਿੱਚ ਆਪਾਂ ਬਹੁਤ ਥੋੜ੍ਹੀ ਖਬਰ ਸਾਂਝੀ ਕੀਤੀ ਹੈ ਕਿ ਫੋਨ ਕਾਲਸ ਆਉਂਦੀਆਂ ਬਜ਼ੁਰਗਾਂ ਨੂੰ ਜਾਂ ਆਮ ਲੋਕਾਂ ਨੂੰ ਕਿ ਅਸੀਂ CRA ਤੋਂ ਬੋਲ ਰਹੇ ਹਾਂ, ਕੈਨੇਡਾ ਰੈਵਨਿਊ ਏਜੰਸੀ ਤੋਂ ਬੋਲਦੇ ਹਾਂ, ਅਮਰੀਕਾ ਦੇ ਵਿੱਚ IRS ਦੀਆਂ ਆਉਂਦੀਆਂ, ਬਈ ਤੁਸੀਂ ਟੈਕਸ ਨਹੀਂ ਭਰਿਆ ਤੁਹਾਡੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋ ਗਏ ਆ। ਡਰ ਜਾਂਦੇ ਆ ਕਈ ਲੋਕ, ਡਰ ਕੇ ਜਿਹੜੇ ਆ ਜਿਹੜੇ ਘਬਰਾ ਕੇ ਉਹ ਪੈਸੇ ਦੇ ਜਾਂਦੇ ਆ। ਅਜਿਹਾ ਹੀ ਇੱਕ ਕੇਸ ਜਿਹੜਾ ਆ ਯੂਰਪ ਰੀਜਨਲ ਪੁਲਿਸ ਨੇ ਸਾਹਮਣੇ ਲਿਆਂਦਾ, 80 ਸਾਲਾਂ ਦੀ ਬਜ਼ੁਰਗ ਔਰਤ ਦੇ ਨਾਲ 3 ਪੰਜਾਬੀ ਨੌਜਵਾਨਾਂ ਨੇ ਕੈਨੇਡਾ ਰੈਵਨਿਊ ਦੇ ਅਧਿਕਾਰੀ ਬਣ ਕੇ ਜਿਹੜੀ ਆ ਉਹ ਠੱਗੀ ਮਾਰੀ ਆ। ਹੁਣ ਇਹ 3 ਜਣੇ ਜਿਹੜੇ ਗ੍ਰਿਫਤਾਰ ਅਤੇ ਚਾਰਜ ਕੀਤੇ ਗਏ ਆ ਜੀ। ਇਹਨਾਂ ਦੇ ਵਿੱਚ ਬ੍ਰੈਂਪਟਨ ਦਾ ਤਰਨਵੀਰ ਸਿੰਘ ਉਮਰ 19 ਸਾਲ ਹੈ ਦੀ, ਅਤੇ ਨਾਲ ਹੀ ਰਣਵੀਰ ਸਿੰਘ ਅਤੇ ਚਮਨਜੋਤ ਸਿੰਘ ਉਮਰ 21 ਸਾਲ। ਤਰਨਵੀਰ ਅਤੇ ਰਣਵੀਰ ਦੀ ਉਮਰ 19 ਸਾਲ ਹੈ ਅਤੇ ਚਮਨਜੋਤ ਦੀ ਉਮਰ ਜਿਹੜੀ 21 ਸਾਲ ਆ। ਇਹਨਾਂ ਦੇ ਉੱਤੇ $10,000 ਇੱਕ ਬਜ਼ੁਰਗ ਔਰਤ ਜਿਹੜੀ ਕਿ ਉਮਰ 80 ਸਾਲਾਂ ਦੇ ਕਰੀਬ ਸੀ ਉਹ ਤੋਂ ਭੋਟਣ ਦੇ ਜਿਹੜੇ ਆ ਦੋਸ਼ ਲਾਏ ਗਏ ਆ। ਨੈਤਿਕ ਤੌਰ ਦੇ ਉੱਤੇ ਜਿਹੜਾ ਆ ਬਜ਼ੁਰਗਾਂ ਨੂੰ ਭੋਟਣਾ ਜਿਹੜਾ ਆ ਬਿਲਕੁਲ ਇੱਕ ਗਲਤ ਹੈਗਾ। ਦੂਜੇ ਪਾਸੇ ਜਿਹੜੀ ਇਹ ਠੱਗੀ ਹੈਗੀ ਆ ਇਸਦੀ ਜਿੰਨੀ ਨਿੰਦਾ ਕੀਤੀ ਜਾਣੀ ਆ ਥੋੜ੍ਹੀ ਆ। ਸੋ ਇਸ ਬਜ਼ੁਰਗ ਔਰਤ ਨੂੰ ਇੱਥੋਂ ਤੱਕ ਧਮਕਾਇਆ ਗਿਆ ਸੀਗਾ ਕਿ ਜੇ ਤੂੰ ਇਹ $10,000 ਨਾ ਦਿੱਤੇ ਤਾਂ ਤੈਨੂੰ ਅਸੀਂ ਗ੍ਰਿਫਤਾਰ ਕਰ ਸਕਦੇ ਹਾਂ। ਸੋ ਬਜ਼ੁਰਗ ਡਰ ਗਏ ਅਤੇ ਉਹਨਾਂ ਨੇ ਇਹ ਜਿਹੜੇ ਆ ਉਹ ਠੱਗੀ ਦੇ ਵਿੱਚ ਠੱਗੀ ਲਵਾ ਲਈ, ਅਤੇ ਹੁਣ ਇਹਨੂੰ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਆ। ਅਗਲੇ ਮਹੀਨੇ ਇਹਨਾਂ ਦੀ ਜਿਹੜੀ ਆ ਉਹ ਨਿਊ ਮਾਰਕੀਟ ਕੋਰਟ ਦੇ ਵਿੱਚ ਪੇਸ਼ੀ ਹੋਣੀ ਹੈ ਜੀ। ਜਦੋਂ ਆਪਾਂ ਕਰੋਨਾ ਦੀ ਗੱਲ ਕਰਦੇ ਹਾਂ ਤਾਂ ਨਾਲ ਗੱਲਬਾਤ ਆਉਂਦੀ ਹੈ ਕਿ ਹੁਣ ਫਿਰ ਸਫ਼ਰ ਕਦੋਂ ਖੁੱਲੂਗਾ। ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ ਕਿ ਲੋਕਲ ਸਫ਼ਰ ਦੇ ਉੱਤੇ ਪਾਬੰਦੀਆਂ ਲਾਈਆਂ ਹੋਈਆਂ। ਦੂਜੇ ਪਾਸੇ ਵੈਕਸੀਨੇਸ਼ਨ ਬੜੀ ਤੇਜ਼ ਹੋ ਰਹੀ ਆ। ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਕਹਿ ਰਹੇ ਆ ਕਿ ਅਸੀਂ ਵੈਕਸੀਨ ਪਾਸਪੋਰਟ ਦੇ ਉੱਤੇ ਡਾਕੂਮੈਂਟਸ ਦੇ ਉੱਤੇ ਕੰਮ ਕਰ ਰਹੇ ਹਾਂ ਕਿ ਜਦੋਂ ਇੱਕਦਮ ਹੀ ਸਾਰੀ ਵੈਕਸੀਨੇਸ਼ਨ ਹੋ ਗਈ ਆਪਾਂ ਸਰਹੱਦਾਂ ਖੋਲ੍ਹ ਦੇਣੀਆਂ। ਸਰਹੱਦ ਦੇ ਦੂਜੇ ਪਾਸੇ ਅਮਰੀਕਾ ਵੱਲੋਂ ਵੀ ਬਹੁਤ ਜ਼ੋਰ ਲਾਇਆ ਜਾ ਰਿਹਾ ਕਿ ਕੈਨੇਡਾ ਅਮਰੀਕਾ ਜਿਹੜੀ ਸਰਹੱਦ ਆ ਖੁੱਲ੍ਹੇ। US ਦੇ ਸੀਨੀਅਰ ਸੈਨੇਟਰ ਜਿਹੜੇ ਆ ਚੱਕ ਸਕੈਮਰ ਉਹਨਾਂ ਨੇ ਜਿਹੜਾ ਜੀ ਇਹ ਇੱਕ ਚਿੱਠੀ ਜਿਹੜੀ ਆ ਉਹ ਅੱਡ ਅੱਡ ਪ੍ਰਸ਼ਾਸਨਾਂ ਨੂੰ ਲਿਖੀ ਹੈ, ਜਿਨ੍ਹਾਂ ਦੇ ਵਿੱਚ ਜੋ ਬਾਈਡਨ ਪ੍ਰਸ਼ਾਸਨ ਨੇ ਇਸ ਦੇ ਨਾਲ ਦੀ ਨਾਲ ਉਹਨਾਂ ਨੇ ਸੈਕਟਰੀ ਆਫ ਸਟੇਟ ਜਿਹੜੇ ਆ ਐਂਟਨੀ ਬਲਿੰਕਨ ਉਹਨਾਂ ਨੂੰ ਚਿੱਠੀ ਲਿਖੀ ਆ, ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਨੂੰ ਚਿੱਠੀ ਲਿਖੀ ਆ ਕਿ ਇਹ ਨਾ ਹੋਵੇ ਕਿ ਆਪਾਂ ਵੈਕਸੀਨੇਸ਼ਨ ਲੱਗਣ ਦੀ ਵੇਟ ਕਰਦੇ ਰਹੀਏ। ਉਹ ਕਹਿੰਦੇ ਪਲੈਨ ਪਹਿਲਾਂ ਬਣਿਆ ਹੋਣਾ ਚਾਹੀਦਾ ਅਤੇ ਇਹ ਸਟੈਪ ਵਾਈਜ਼ ਹੋਣਾ ਚਾਹੀਦਾ। ਇਹ ਨਾ ਅੜੀਕੋ ਕਿ ਸਾਰੇ ਕੈਨੇਡਾ ਅਮਰੀਕਾ ਵਾਲਿਆਂ ਦੇ ਟੀਕੇ ਲੱਗਣਗੇ ਫਿਰ ਆਪਾਂ ਬਾਰਡਰ ਖੋਲ੍ਹਣਾ। ਪਹਿਲਾਂ ਇਹ ਦੇਖੋ ਕਿ ਜ਼ਰੂਰੀ ਕਿਹਨਾਂ ਨੂੰ ਆ, ਉਸ ਹਿਸਾਬ ਦੇ ਨਾਲ ਸਟੈਪ ਵਾਈਜ਼ ਜਿਹੜਾ ਆ ਉਹ ਖੋਲ੍ਹਿਆ ਜਾਵੇ। ਉਹ ਕਹਿੰਦੇ ਵੀ ਹੁਣ ਅਸੈਂਸ਼ੀਅਲ ਵਰਕਰਸ ਜਿਹੜੇ ਆ ਉਹ ਜਾ ਸਕਦੇ, ਜਿਵੇਂ ਕਿ ਉਹ ਕੋਈ ਟਰੱਕ ਡਰਾਈਵਰਸ ਨੇ, ਡਿਲੀਵਰੀਆਂ ਕਰਨ ਵਾਲੇ ਨੇ, ਜਾਂ ਇੱਧਰ ਜਾਂ ਉੱਧਰ ਕੋਈ ਸੇਵਾਵਾਂ ਜ਼ਰੂਰੀ ਪ੍ਰਦਾਨ ਕਰਦੇ ਆ। ਪਰ ਉਹ ਕਹਿੰਦੇ ਇਸ ਤੋਂ ਇਲਾਵਾ ਜਿਹੜੀ ਹੁਣ ਅਗਲਾ ਸਟੈਪ ਹੋਣਾ ਚਾਹੀਦਾ ਉਹਦੇ ਵਿੱਚ ਜਿਹੜਾ ਲੋਕਾਂ ਦੀ ਪ੍ਰੋਪਰਟੀ ਹੈਗੀ ਆ ਇੱਕ ਦੂਜੇ ਮੁਲਕ ਦੇ ਵਿੱਚ, ਉਹਨਾਂ ਦੇ ਨਾਲ ਨਾਲ
जिहड़े एक दूजे मुल्क च पढ़ना चाहुंदे आ जां पढ़ना जांदे आ बीमारी दे इलाज कराउण लई जाणा चाहुंदे आ जां कोई उहनां दे बिजनेस रीजन आ उहनां नूं जिहड़ी आ जाण दी आग्या होणी चाहीदी आ। उस तों बाद दे विच हौली हौली फिर जिवें आम लोग जिहड़े आ उह वैक्सीनेशन करवाई जाणगे सारी पब्लिक वास्ते खोलिया जा सकदा। उह कहिंदे इस प्लैन दे उत्ते जल्द तों जल्द बाइडन प्रशासन नूं जिहड़ी आ कार्रवाई करके ट्रूडो सरकार नूं भेजणी चाहीदी आ तां कि दोवें सरकारां सहमत होण बॉर्डर जल्द ही खोले जाण। अमरीका दे विच गल करदे आं तां गल करांगे साबका राष्ट्रपति डोनल्ड ट्रंप उहनां दी। उहनां दे सोशल मीडिया जिहड़े प्लेटफॉर्म आ बंद कर दित्ते गए सीगे। उन्होंने हुण नवां सोशल मीडिया प्लेटफॉर्म जिहड़ा अपना एक चला लिया आ एक वैबसाइट जिहड़ी आ लॉन्च की आ जिहनूं इह कहा जा रहा कि वह ट्विटर वांगू काम करेगी। हालांकि वर्डप्रेस दे विच बनाई गई आ जिहड़े ट्रंप साहब दे फैन ने जी वो कहिंदे वी अपनी ईमेल जां फोन दे जरिए वह जुड़ सकते आ। उदू बाद जो भी ट्रंप साहब किया करनगे जिवें ट्वीट करते हुंदे सीगे वह उन्होंने ईमेल जरिए जां उन्होंने फोन जरिए उन्हां तक सुनेहा जिहड़ा आ वह पहुँच जाया करेगा। दूजे पासे डोनल्ड ट्रंप उन्हां दी टीम ने अपील की हुई सीगी कि फेसबुक ते ट्विटर अगे कि जिहड़ी इह साडे खाते बंद किए गए आ इह मुड़ बहाल किए जाण। फेसबुक की जिहड़ी एक ओवरसाइट बोर्ड हैगा जी जिहड़ा कि निगरानी करता 20 मैंबरी इह बोर्ड आ भी फेसबुक ने कितें गलती दे नाल जां धक्का तां नहीं करता। उस मामले दे विच अपील जिहड़ी आ उह लाई गई सीगी ट्रंप साहब दे प्रशासन वालों उन्हां दे साथियां वालों ते उस अपील नूं जिहड़ा ओवरसाइट बोर्ड ने खारज कर दिता। कहिंदे वी नहीं ट्रंप साहब जो कहिंदे करदे आए आ उह वाकई खतरनाक सीगा कैपिटल हिल जिहड़ा वायलेंस सीगा जां उस मामले विच जो उन्हां दी बयानबाजी सोशल मीडिया दे उत्ते सीगी उह कदी वी प्रवान नहीं कीती जा सकदी। इस करके असीं उन्हां दे जिहड़े खाते आ उह खुलाउण दे हक च नहीं हैगे। इस तों बाद दे विच ट्रंप ने अते उन्हां दे साथियां ने एक धमकी जिहड़ी आ उह फेसबुक नूं दे दित्ती आ कि राजनीतिक कारणां करके मैनूं अजिहा कीता जा रिहा आ इहदी कीमत चुकाउणी पऊगी जी। सो जे कितें खुदा ना खासा मुड़ के दोबारा ट्रंप साहब आउंदे आ तां की कीमत फेसबुक नूं चुकाउणी पैंदी आ इह समां दस्सूगा। पर उन्हें धमकी हाल दी घड़ी आ इह दे दित्ती आ ते नाल दी नाल इह वी कहा कि इह इक बड़ी शर्मनाक गल आ बड़ी शर्मिंदगी वाली गल आ कि एक देश का साबका राष्ट्रपति उहदी जबान बंद की जा रही आ। इह अमरीका दे विच बोलण दी आजादी दे उत्ते वड्डा डाका आ हौली हौली सारे जिहड़े इह गल भुगतणगे। उह कहिंदे वी जिहड़े खब्बे पक्षी हैगे आ इह सच तों डरदे आ जो मैं सच बोलदा आ उहदे तों इह यवकदे आ इसे करके मैनूं चुप कराया जा रहा पर बहुता समां मैनूं चुप नहीं कराया जा सकदा मेरे कोल होर साधन हैगे आ मैं लोकां तक पहुँच जावांगा। इहदे नाल ही आपां गल करांगे भारत दी। भारत दे विच करोना जिहड़ा आ उह वधदा जा रहा आ हर रोज़ जिहड़े आ नवें मरीज़ नवीं मौतां दी गल जिहड़ी आ सामने आ रही आ। जे आपां गल बीते 24 घंटियां दी करिए तां 4,12,000 दे करीब नवें केस जिहड़े आ कोविड दे नाल रिलेटड वह सामने आए आ ते 4,000 दे करीब जिहड़ियां मौतां वह बीते 24 घंटियां विच होईयां आ। हुण तक दे सरकारी अंकड़ियां दे मुताबिक 2,30,000 लोग जिहड़े आ वह करोना दे कारण भारत विच जान गवा चुके आ। पर जे गैर सरकारी अंकड़ियां दी मन्नीए ते गिणती जिहड़ी आ 5 तों 10 गुणा दसी जा रही आ। भारत दे लगभग सारिया सूबियां दे विच इह जिहड़ी लहर आ वह पैर पसार रही आ ते बड़ी तेज़ी दे नाल वध रही आ। अड्ड अड्ड तरह के वेरियंट जिहड़े आ वह अड्ड अड्ड सूबियां दे विच पैदा हो रहे जिन्हां विच आंध्रा प्रदेश वाला वेरियंट जिहड़ा आ वह सब तो जिहड़ा आ ताकतवर दस्सिया जा रहा जिहड़ा कि छेती फैलदा आ। अमरीका दे विच कैलिफोर्निया दे वाशिंगटन हस्पताल तों खबर आ रही सी कि उत्थे 16 मरीज़ जिहड़े कुल हस्पताल दे विच दाखल ने करोना दे नाल रिलेटड उन्हां विचों 14 उह ने जिहड़े कि भारत तों हो के आए सी जां उह भारती मूल दे नाल संबंधित आ। सो इत्थों तुसीं समझ सकदे आ कि सफ़र जिहड़ा आ क्यों बंद कीता गया क्यों इंग्लैंड न्यूजीलैंड आस्ट्रेलिया कैनेडा ते अमरीका ने जिहड़ा आ भारतीय लोगों के आउण जाण दे उत्ते पाबंदी लाई आ क्योंकि जिहड़े भारतीय कोविड के वेरियंट ने वह हले किसी भी साइंसदान की समझ में नहीं आ रहे। अज मॉडर्ना जिहड़ी कंपनी टीका बनाउंदी आ वैक्सीनेशन बनाउंदी आ उन्हां दे चीफ जिहड़े आ मिस्टर उन्होंने भी स्टीफन उन्होंने भी यह गल आखी आ कि तुसीं देखोगे कि वैसट दे विच वी हले बेशक समझिया जा रहा कि कंट्रोल कर लिया गया पर ज्यों ज्यों पतझड़ ते सियाल रुत्त आऊगी नवें वेरियंट जिहड़े इत्थे वी सामने आउणगे ते उहदा इक्को इक इलाज इही है कि वैक्सीनेशन जिहड़ी आ प्रोपर कराई जावे पहला टीका लवाया जावे दूजा टीका लवाया जावे उस तों बाद दे विच फिर हर साल शायद जिहड़ा आ उह टीका लवाउणा पिया करना आ तां फिर जिहड़ा वेरियंट्स तों बचाव हो सकदा आ। भारत सरकार ने जिहड़ी इह वी चेतावनी दित्ती आ कहिंदे वी दूजी लहर जिहड़ी इस वेले करोना दी भारत विच चल रही आ ते तीजी लहर दे आउण तों वी जिहड़ा आ उह इनकार नहीं कीता जा सकदा तीजी लहर नूं रोकिया नहीं जा सकदा। इह गल खुद भारत दे जिहड़े आ सिहत मंत्री जिहड़े उह कहि रहे आ। इत्थे ही लोग जिहड़े आ पुछ रहे आ कि
भारत के इन्ना माड़ा हाल होया पिया, सरकार कित्थे चलेगी? ना मोदी साहब बोल रहे ने, ना सरकार जी लभ रही है, ना उन्होंने चमचे जो बॉलीवुड वाले आ हुण कोई ट्वीट कर रहे हैं। अगे सदे दते जाते थालियां खड़का लो, कभी कभी कुछ होर यहोजा ड्रामा भी उहो जी भी नहीं गल हुण हो रही। हुण तां सिर्फ इक्को ही आ कि अड्ड अड्ड मुल्कां नूं अपील की जा रही है कि किस तरह साडी जिहड़ी आ मदद करो, तो बहुत सारे मुल्क जिहड़े आ मदद पहुँचा भी रहे आ। ऑक्सीजन ऑक्सीजन पैदा करन वाले ऑक्सीजन जनरेटर जिहड़े मास्क हैगे ते इहदे नाल होर दवाइयां अड्ड अड्ड मुल्कां वल्लों तकरीबन 40 दे करीब मुल्कां वल्लों भारत नूं भेजियां जा रहियां, जिहदे करके हुण हालात जिहड़े आ हस्पतालां दे विच कुछ ना कुछ ऑक्सीजन जिहड़ी आ उह मिलण लगी आ। पर उत्थे काला बाजारी बहुत हो रही है, ऑक्सीजन जिहड़ी आ स्टॉक कीती जा रही आ, बैड जिहड़े आ उहनां दे उत्ते गैर जरूरी लोक आ के बैड मल रहे आ जी। जिहड़े मौजूदा हालात आ उहनां नाल देख के यही कह सकते हैं कि मोदी हुणां ने दावा कीता सीगा कि मैं भारत नूं विश्व गुरु बना दूंगा। विश्व गुरु तां पता नहीं कदों बनना, पर विश्व मंगता जिहड़ा आ जरूर बना दित्ता है। जे भारत दे नाल आपां गल करिए पंजाब दी, तां पंजाब दे विच वी करोना दे कारण हालात जिहड़े आ उह विगड़ रहे आ। पंजाब दे विच इस वेले जे 24 घंटे बीतियां दी गल करिए तां 154 होर मौतां होईआं, 8,874 नवें करोना पॉजिटिव केस जिहड़े आ उह पंजाब दे विच वी आए आ। पंजाब दे विच वी अंकड़े जिहड़े आ सही नहीं दित्ते जा रहे, मौतां ज़्यादा हो रही, लोग पीड़ित ज़्यादा आ, पर सरकार जिहड़ी उही अंकड़े दिंदी आ जिहड़े उहनां नूं लगदे आ कि हाँ ये करोना पॉजिटिव ने, ये मौतां करोना दे कारण जिहड़ियां आ उह होईआं आ। पंजाब दी सरकार बड़ी कसूती फसी हुई है, एक पासे वोटां वाला साल आ, लोग कहिंदे असीं लॉकडाउन करना नहीं हैगा, किसान जथेबंदियां जिहड़ियां आ उह कहिंदियां असीं विरोध करना आ, दुकानदार कहिंदे आ असीं जिहड़ा जे कैप्टन अमरिंदर सिंह ने लॉकडाउन किया असीं उहदी उलंघना करनी आ, दुकानां खोलणियां आ। बड़े कसूते फसे आ कि लॉकडाउन करके लोगों को बचाया जाए जां फिर वोटां बचाईआं जाण। सो बड़ा यह कसूता फैसला जिहड़ा लेना पैना, पर इन्नी गल जिहड़ी जरूर पंजाब दे लोगों नूं समझणी चाहीदी आ कि इस वेले दिल्ली दे विच जे 100 केस जिहड़ा टैसट की 100 आदमी टैसट किया जाता उहदे चों 35 करोना पॉजिटिव निकलदे आ, जदों कि पंजाब दे विच अंकड़ा हले बहुत थोड़ा आ। जे 100 जणा जांदा टैसट कराउण दा विचों 10 ही करोना पॉजिटिव निकलदे आ। कुदरती एक भी गल आ कि पंजाब दे विच आबादी जिहड़ी दिल्ली दे मुकाबले बहुत विरली आ, पर जे ध्यान ना दिता गया जिहड़ियां उलंघणावां आ कीतियां गईआं पाबंदियां दीआं तां उहदे नाल केस जिहड़े आ वध सकदे आ। इह पिरामिड हुंदा फिर देखदिआं देखदिआं जिहड़े केस आ वध जांदे आ, इस करके बचा ही रखणा चाहीदा। असीं तां इह कहिंदे आ कि लॉकडाउन की पालना करनी चाहीदी आ, पर पंजाब तों जिहड़े लोक ने जो उन्होंने गल करते कहें भी तुम उपदेश दे दें भी लॉकडाउन जोड़ा करना चाहिए आ, पाबंदियों की पालना करनी चाहिए आ, तुम पंजाब में या भारत में कनेडा ना मिल के ना देखो। कहें जो कैनेडा के लॉकडाउन होया तो सरकार ने तुहाडे महीने का 2,000 डॉलर अकाउंटा च पाता, तुहाडे किराया के उत्ते रोक ला दित्ती, तुहाडे लई होर किन्नियां सहूलतां दे दित्तियां, बिजनेस नूं 60,000 डॉलर दे दित्ता। असीं इत्थे भुखे मरदे हाँ, जिहड़ा गरीब गुरबा मजदूर आ जिन्हें रोज़ दिहाड़ी करनी आ जिहड़ा उह किवें कमाई करेगा? उह कहिंदा जिहड़ा मिडल क्लास हैगी आ उहदे विच बहुता हिस्सा अजिहा आ जिहड़े अपने नज़दीकियां दे इलाज दे वास्ते करजा चक रहे आ, जिहड़ा कि सारी उम्र उहनां कोलों लैणा नहीं, मुड़ के इन्ने व्याज दे उत्ते करजा चक्किया जा रहा आ। उह कहिंदे इस करके लॉकडाउन कहना बड़ा सौखा आ, पर लॉकडाउन दे विच रहना उदू भी औखा आ जदों खास करके पता होवे भी घर किसी ने फुलका फड़ाउण नहीं आउणा, रोटी तो भुखे रहना पैना। उस वेले कहिंदे हालात इहो जिहे बण जांदे आ कि तुहानूं फिर चूस करना पैना कि तुसीं करोना दे नाल मरना आ कि भुख दे नाल मरना आ। सो अजिहे हालात ने पंजाब दे विच बणे होए, असीं अरदास करदे हां कि जल्दी पंजाब भारत दे विच केस जिहड़े आ घटण, हालात जिहड़े आ नॉर्मल होण, यही दुआ आ। इत्थे ही प्रोग्राम खत्म करन दी आग्या बख्शो, कल नूं होर गल्लां बातां होर खबरां लै के हाज़र होवांगे। तद तक लई आप सब नूं प्यार सत्कार भरी सत श्री अकाल जी। The Sahura Show is brought to you by Mahindra Jewelers and FiberTech. ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।